ਵੇਖੋ ਆਪਣੀ ਦਾਦੀ ਏ ਤੇ ਆ ਰਿਸ਼ਤੇ ਕਰਾਉਣ ਵਾਲੀ ਏ ਤੇ ਭਾਂਡੇ ਤਿੰਨ ਸੀਗੇ ਜਿਹੜੂ ਲੈ ਕੇ ਆਏ ਇੱਕ ਇਹਦੇ ਵਿੱਚੋਂ ਜਿਹੜਾ ਟੁੱਟ ਗਿਆ ਵਾ A few moments later ਅਸਲਾਮੁਅਲੈਕਮ ਦੋਸਤੋ ਦੋਸਤੋ ਪਾਣੀ ਮੁੱਕਿਆ ਹੈ ਘਰ ਦਾ ਤੇ ਪਾਣੀ ਹੁਣ ਲੈ ਕੇ ਆਈਏ ਜਾਣ ਪਿਆ ਵਾ ਤੇ ਪਾਣੀ ਲੈਣ ਚੱਲਦੇ ਹਾਂ ਡੇਰੇ ਚਲਾਓ ਫਿਰ ਸੈਰ ਕਰੀਏ ਸਾਡੀ ਉਹ ਟੇਕੀ ਹੈ ਤੇ ਦੋਸਤੋ ਜਾ ਰਹੇ ਹਾਂ ਵੇਖੋ ਤਲਾਕ ਖਾਣੇ ਲੱਗੀ ਤੇ ਸਾਡੇ ਬਾਜ਼ਾਰਾਂ ਦੇ ਤੇ ਆਹ ਸਾਡੀ ਆਪਣੀ ਦੁਕਾਨ ਤੇ ਵੇਖੋ ਆਹ ਮੁੰਡਾ ਵੀ ਚੱਕ ਕਰੋ ਕਿ ਬਾਹਰ ਇੱਧਰ ਗਾਰੇ ਗਾਰੇ ਕਿੰਨੇ ਆ ਤੇ ਆਹ ਚਾਚਾ ਵੀ ਹਾਲੇ ਪਤਾ ਨਹੀਂ ਕਿੱਧਰ ਜਾਂਦਾ ਪਿਆ ਵੇਖੋ ਦੋਸਤੋ ਇੱਧਰ ਤਲਾਕ ਖਾਣੇ ਲੱਗੇ ਹੋਏ ਆ ਤੇ ਆਹ ਬੰਦਾ ਬਹੁਤ ਹੀ ਮੁਸ਼ਕਲਾਂ ਤੇ ਜੀਵਦਾ ਪਿਆ ਫਿਲਹਾਲ ਚੌਧਰੀ ਸਾਹਿਬ ਵਾਲ ਵੀ ਮੇਰੇ ਕਿਵੇਂ ਉੱਡੇ ਪਏ ਆ ਤੇ ਇੱਧਰ ਆ ਮੁੰਡੇ ਬਹਿ ਕੇ ਟੀਵੀ ਵੇਖਦੇ ਪਏ ਕਿੱਧਰ ਗਏ ਟੀਵੀ ਵੇ ਆਰ ਜੋ ਲੱਗੀ LCD ਉਹ ਕੀ ਵਾਹ ਚਾਹ ਸੁਣਦੀ ਪਈ ਗੇਂਦ ਬੱਲੇ ਦੀ ਦੋਸਤੋ ਆ ਵੇਖੋ ਆ ਮੁੰਡੇ ਦਾ ਇੰਟਰਵਿਊ ਤੂੰ ਪਾਇਆ ਸੀਗਾ ਤੁਹਾਨੂੰ ਕਿਵੇਂ ਦਾ ਲੱਗਿਆ ਵਾ ਜਿਹੜਾ ਹਜੇ ਤਾਂ ਵੇਖਿਆ ਆਪਣੇ ਚੈਨਲ ਤੇ ਪਿਆ ਵੇਖ ਸਕਦੇ ਹੋ ਹੋਰ ਵੀ ਸੁਣਾਓ ਠੀਕ ਠਾਕ ਹੋ ਹੋਰ ਸੁਣਾਓ ਬੜੀ ਟੋਪੀ ਸ਼ੋਪੀ ਲਈ ਇਸ ਵੇਲੇ ਮਸੀਤੇ ਗਏ ਸੀ ਅਸੀਂ ਵੀ ਆਵਾਂਗੇ ਅੱਲਾ ਖਿਆਲ ਰੱਖੇ ਚਲੋ ਤੁਸੀਂ ਹੋਏ ਹੋ ਤੇ ਅੱਲਾ ਭਲਾ ਕਰੇ ਤੁਹਾਨੂੰ ਕਿਉਂ ਵੀ ਠੀਕ ਠਾਕ ਨੀ ਕਿਧਰ ਮਸੀਤੇ ਜਾਂਦਾ ਹੈ ਉਹ ਵੀ ਉਸਤਾਦ ਨੂੰ ਗੁੱਸੇ ਹੁੰਦਾ ਹੈ ਆ ਸੁੱਟ ਯਾਰ ਅੱਜ ਗੱਲ ਤੇ ਹਲਵਾ ਨੌਮੀ ਉਹ ਡਾਕਟਰਾਂ ਦਾ ਨੀ ਨੌਮੀ ਹੈਗਾ ਨੁਮਾਨ ਅਲੀ ਯਾਰ ਦੱਸਦੇ ਯਾਰ ਇੱਕ ਤਾਂ ਮੌਸਮ ਸਾਹਿਬ ਇੱਕ ਤਈਏ ਬੜੀ ਸਹਿਣ A few moments later ਵੇਖੋ ਆਪਣੀ ਦਾਦੀ ਏ ਤੇ ਆ ਰਿਸ਼ਤੇ ਕਰਾਉਣ ਵਾਲੀ ਏ ਤੇ ਆਪਾਂ ਵੀ ਕਿੱਥੋਂ ਇੰਨਾ ਕੋ ਰਿਸ਼ਤਾ ਕਰਾਉਣਾ ਸੀ ਤੇ ਇੱਥੇ ਆਏ ਆ ਹੁਣ ਅੱਲਾ ਖਿਆਲ ਕਰੇ ਇਨਸ਼ਾਅੱਲਾ ਹੋ ਜਾਏਗਾ ਦੋਸਤੋ ਆ ਨੰਬਰ ਆਪਣਾ ਲਿਖ ਕੇ ਦਿੱਤਾ ਵਾ ਇਨਸ਼ਾਅੱਲਾ ਬਹੁਤ ਜਲਦੀ ਰਾਬਤਾ ਹੋਏਗਾ ਤੇ ਆਪਾਂ ਇੱਧਰੋਂ ਇੱਕ ਭਰਾ ਦਾ ਰਿਸ਼ਤਾ ਕਰਾਉਣਾ ਸੀਗਾ ਆ ਲਓ ਦਾਦੀ ਆ ਲੈ ਲਓ ਫਿਰ ਨੰਬਰ ਕਹਿਣ ਲੈ ਕੇ ਆ ਗਏ ਆ ਡੇਰੇ ਆਪਾਂ ਹੁਣੀ ਤੂੰ ਪਾਣੀ ਵੀ ਭਰਾਂਗੇ ਤੇ ਫਿਰ ਵਲਾ ਗੜ ਜੁਲਸਾਂਗੇ ਤੇ ਹੁਣ ਸਾਡਾ ਕੁੱਤਾ ਵੀ ਵੱਜ ਵੱਜ ਕੇ ਆਵੇਗਾ ਵਾਹ ਜੀ ਦਵਾ ਦਾ ਬੰਦਨ A few moments later ਦੋਸਤਾਂ ਕਹਿੰਦਾ ਪਿਆ ਝੱਟ ਗੇਂਦ ਬੱਲਾ ਖੇਡ ਲਈਏ ਤੇ ਫਿਰ ਪਾਣੀ ਫਿਰ ਲੈ ਕੇ ਜਾਵਾਂਗੇ ਘਰ ਇਹਦੀ ਗੱਲ ਵੀ ਸਹੀ ਹੈ ਸੁੱਟਣ ਵਾਲੀ ਤਾਂ ਕੋਈ ਨਹੀਂ ਕਿਉਂਕਿ ਟਾਈਮ ਅਜੇ 10-11 ਵਜੇ ਦਾ ਟਾਈਮ ਹੈ ਝੱਟ ਗੇਂਦ ਬੱਲਾ ਖੇਡ ਲਈਏ ਅਤੇ ਲੈ ਕੇ ਆ ਬਾਹਰ ਵੇਖ ਲਓ ਆ ਗਿਆ ਵਾ ਹੁਣ ਅਤੇ ਬੜਾ ਸ਼ਾਹਿਦ ਫਰੀਦੀ ਬਣਦਾ ਪਿਆ ਵਾ ਅਤੇ ਇੰਨੇ ਕੁਛ ਛੱਕਣ ਲੱਗਦਾ ਜਿੰਨਾ ਸ਼ਾਹਿਦ ਫਰੀਦੀ ਬਣਦਾ ਹੁੰਦਾ ਲੇਕਿਨ ਫਿਲਹਾਲ ਕੋਈ ਬਾਤ ਨਹੀਂ ਪੰਜਾਬੀ ਮੈਂ ਗੱਲ ਕੋਈ ਨਹੀਂ ਅਤੇ ਵੇਖੋ ਉਹਦੇ ਹੱਥ 'ਚੋਂ ਗੇਂਦ ਵਾ
ਦੋਸਤੋ ਜੇ ਇੱਕ ਓਵਰ ਨਹੀਂ ਪੂਰਾ ਹੋਇਆ ਤਾਂ ਵੇਖੋ ਅਸੀਂ ਇੱਥੇ ਆ ਕੋਠੇ 'ਤੇ ਚੜ੍ਹੇ ਸੀਗੇ ਅਤੇ ਗੇਮ ਸਾਡੀ ਗੁਆਚ ਗਈ ਆ ਦੇਖੋ ਆਊਟ ਨਹੀਂ ਹੋ ਗਿਆ ਬਸ ਮਾੜਾ ਜਿਹਾ ਹੀ ਬਚਿਆ ਸੀਗਾ ਅਤੇ ਇੱਕ ਓਵਰ 'ਚੋਂ ਗੋਡੀ ਕਰਦੇ ਪਏ ਆ ਇਹ ਗੰਢਿਆਂ ਨੂੰ ਤੇ ਜੇ ਤੁਸੀਂ ਕਹਿੰਦੇ ਆ ਤਾਂ ਆਪਾਂ ਸਵਾਲ ਇੱਕ ਪੁੱਛ ਲੈਂਦੇ ਚਾਚੇ ਕੋਲੋਂ ਵੀ ਕੋਈ ਮਾੜਾ ਮੋਟਾ ਚਾਚਾ ਜੀ ਧੁੱਪਾਂ ਲੱਗੀਆਂ ਅੱਜ ਕੱਲ੍ਹ ਤਾਂ ਕੀ ਰਾਏ ਰੱਖਦੇ ਹੋ ਧੁੱਪਾਂ ਦੇ ਬਾਰੇ 'ਚ ਉਹ ਇੱਕ ਦੋਸਤ ਇੱਧਰ ਵੀ ਆਮ ਕੰਮ ਕਰਦੀ ਪਈ ਖੰਭੇ ਦੋਸਤੋ ਤਾਰਾਂ ਪੈਣ ਲੱਗੀਆਂ ਸਾਡੇ ਖੰਭਿਆਂ ਨੂੰ ਹੁਣ ਤਾਂ ਬੱਲੇ ਬੱਲੇ ਹੋ ਜਾਏਗੀ ਚਲੋ ਸਾਡੇ ਕੋਲ ਵੀ ਲਾਈਟ ਆ ਜਾਏਗੀ ਤੁਹਾਨੂੰ ਕੋਲ ਕਰਕੇ ਖੋਨੇ ਆ ਚਾਚਾ ਜੀ ਥੋੜ੍ਹੀ ਕਾਰਕਰਦਗੀ ਦੇ ਸਕਦੇ ਹੋ ਤੁਸੀਂ ਖੰਭੇ ਗਲਤ ਲਾਤੇ ਆ ਅੱਛਾ ਚਾਚਾ ਘਰ ਪਾਣੀ ਮੈਂ ਭਰਨ ਲੱਗਾ ਵਾ ਬਸ ਉਧਰ ਪਿਆ ਮੋਟਰਸਾਈਕਲ ਤੇ ਮੈਨੂੰ ਲਾਦਾ ਭਾ ਕਾਕਾ ਲੈ ਗਿਆ ਯਾਰ ਮੋਟਰਸਾਈਕਲ ਹੋਣ ਨਹੀਂ ਤੁਹਾਡੇ ਅੱਗੇ ਅੱਗੇ ਲਾਦਾ ਇੱਧਰ ਬਸਤੀ ਵੱਲ ਗਿਆ ਹੋਣਾ ਦੱਸਿਆ ਤਾਂ ਕੋਈ ਗੇਂਦ ਵਾਲਾ ਖੇਡਦੇ ਪਏ ਸੀ ਅਤੇ ਲੈ ਗਿਆ ਪਾਣੀ ਦੋਸਤੋ ਵੇਖੋ ਹੁਣ ਅਸੀਂ ਵੀ ਇੱਥੋਂ ਭਰ ਕੇ ਲੈ ਜਾਈਦਾ ਚਾਚਾ ਵੀ ਲੈ ਜਾਂਦੇ ਨੇ ਪਾਣੀ ਦੀ ਬੜੀ ਕਿੱਲਤ ਹੋਈ ਪਈ ਹੈ ਪਿੰਡ ਵਿੱਚ ਹੀ ਅਤੇ ਇੱਕ ਖੁਸ਼ਖਬਰੀ ਚਲੋ ਸਾਨੂੰ ਲੱਭ ਹੀ ਗਈ ਹੈ ਹੁਣ ਇੱਧਰ ਲਾਈਟ ਵੀ ਆਉਣ ਲੱਗੀ ਹੈ ਅਸੀਂ ਬੜੇ ਦੁੱਖ ਝੇਲੇ ਆਇਆ ਲਾਈਟ ਵਾਸਤੇ ਚਲੋ ਲਾਈਟ ਆ ਜਾਏਗੀ ਤਾਂ ਬੱਲੇ ਬੱਲੇ ਹੋ ਜਾਏਗੀ ਐਸ ਕਣਕ 'ਚ ਦੋਸਤੋ ਗੁਆਚੀ ਸੀਗੀ ਅਤੇ ਮੈਚ ਬਸ ਕਰ ਦਿੱਤਾ ਹੁਣ ਪਾਣੀ ਹੁਣ ਭਰਦਾ ਪਿਆ ਹੋਣਾ ਸ਼ੇਰ ਸਾਹਿਬ A few moments later ਉਧਰ ਵੇਖੋ ਦੋਸਤੋ ਮੈਂ ਭਰ ਲਿਆ ਵਾ ਕੈਨ ਪਾਣੀ ਦਾ ਜੇ ਇਹਨੇ ਪਾਣੀ ਹੁਣ ਪੀਤਾ ਵਾ ਨਾ ਸਮਝੋ ਕਿ ਇਹਨੇ ਭਰਿਆ ਵੈਸੇ ਭਰਿਆ ਮੈਂ ਸੀਗਾ ਕੋਈ ਮੇਰੇ ਕੋਲ ਹੈ ਨਹੀਂ ਸੀਗਾ ਨਹੀਂ ਤਾਂ ਉਹਨੂੰ ਮੋਬਾਇਲ ਫੜਾ ਕੇ ਤੁਹਾਨੂੰ ਦਿਖਾਉਂਦਾ ਅਤੇ ਭਰ ਦਿੱਤਾ ਵਾ ਅਤੇ ਆਹੀ ਕੰਮ ਸੀ ਹੁਣ ਆਪਾਂ ਚੱਲੀਏ ਪਾਣੀ ਹੁਣ ਲੈ ਕੇ ਘਰ ਵਾਪਸ ਘਰ ਪਾਣੀ ਲੈ ਕੇ ਆ ਗਏ ਇੱਧਰ ਵੇਖੋ ਆ ਕੈਨ ਪਿਆ ਵਾ ਇੱਧਰ ਅਤੇ ਥੋੜ੍ਹਾ ਨੁਕਸਾਨ ਹੋ ਗਿਆ ਸੀ ਇੱਧਰ ਵੇਖੋ ਆਂਡੇ 3 ਸੀਗੇ ਜਿਹਨੂੰ ਲੈ ਕੇ ਆਏ ਇੱਕ ਇਹਦੇ ਵਿੱਚੋਂ ਜਿਹੜਾ ਟੁੱਟ ਗਿਆ ਵਾ ਜਾਂ ਮੇਰੀ ਜੈਕਟ ਜੀ ਪੋਕਿਟ ਸੀਗੀ ਉਹ ਥੋੜ੍ਹੀ ਖਰਾਬ ਹੋ ਗਈ ਇਹਨੂੰ ਸਾਫ਼ ਕਰ ਲਾਂਗੇ ਅਤੇ ਆਈ ਹੋਪ ਤੁਹਾਨੂੰ ਵੀਡੀਓ ਇਹਦੀ ਪਸੰਦ ਆਈ ਹੋਏਗੀ ਪਸੰਦ ਆਈ ਹੈ ਤਾਂ ਲਾਈਕ ਕਰੋ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਇਨਸ਼ਾਅੱਲਾ ਟੇਸਟੀ ਵੀਡੀਓ ਨਾਲ ਫਿਰ ਆਪਾਂ ਮਿਲਾਂਗੇ ਬਹੁਤ ਸਾਰਾ ਖਿਆਲ ਰੱਖੋ ਅੱਲਾ ਹਾਫਿਜ਼